ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਵੱਲੋਂ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਸੂਬਾ ਪ੍ਰਧਾਨ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਧਾਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਹੈ ਕਿ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਵਾਸਤੇ ਗੁਰਦਾਸਪੁਰ 'ਚ ਆ ਸਕਦੇ ਹਨ। ਇਸ ਮੌਕੇ ਉਹਨਾਂ ਨਾਲ ਹੀ ਕਿਹਾ ਹੈ ਕਿ ਸੁਰੇਸ਼ ਖਜੂਰੀਆ ਹਲਕੇ ਦੀ ਸੇਵਾ ਕਰਨਗੇ। ਇਸ ਮੌਕੇ ਸੁਰੇਸ਼ ਖਜੂਰੀਆ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਦੇਖੋ, ਗੁਰਦਾਸਪੁਰ ਜਿਹੜੀ ਲੋਕ ਸਭਾ ਦੀ ਸੀਟ ਹੈ, ਸਾਰੇ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਇਸ ਸੀਟ ਦੇ ਵਿੱਚ ਤੁਹਾਨੂੰ ਲੱਭ ਜਾਣਗੇ। ਪੀੜਿਤ ਨੇ ਲੋਕ, ਕਿਸਾਨੀ ਇੱਥੇ ਪੀੜਿਤ ਹੈ, ਗੰਨੇ ਦੇ ਪੈਸੇ ਨਹੀਂ ਮਿਲੇ, ਦੁਕਾਨਦਾਰੀ ਵਪਾਰੀ ਧਾਰੀਵਾਲ ਬਟਾਲਾ ਮਿੱਲਾਂ ਉੱਜੜ ਗਏ ਸ਼ਹਿਰ, ਉਹ ਜਿਹੜੇ ਇੰਡਸਟਰੀ ਸਿਟੀ ਬਣਾਏ ਸੀ। ਮਾਈਨਿੰਗ ਦੀ ਪ੍ਰੋਬਲਮ ਹੈ, ਕਿਵੇਂ ਕੁੰਡਾ ਪਰਚੀਆਂ ਚੱਲੀਆਂ ਨੇ ਪਠਾਨਕੋਟ ਵੱਲ। ਇੰਟਰਨੈਸ਼ਨਲ ਟੈਰਰਿਜ਼ਮ ਦੀ ਪ੍ਰੋਬਲਮ ਹੈ, ਪਹਿਲਾਂ ਵੀ ਪੀੜਿਤ ਹੋ ਚੁੱਕਿਆ ਦੀਨਾਨਗਰ ਅਤੇ ਪਠਾਨਕੋਟ। ਇੱਥੇ ਦਲਿਤਾਂ ਦੀ ਸਮੱਸਿਆ, ਘਰ ਘਰ ਨੌਕਰੀ ਦੇਣ ਦਾ ਪ੍ਰੋਗਰਾਮ ਬਣਿਆ ਸੀ, ਉਹ ਪਤਾ ਨਹੀਂ ਕਿੱਧਰ ਗਿਆ। ਘਰ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦੀਆਂ ਗੱਲਾਂ ਸੀ, ਹੁਣ ਪਤਾ ਨਹੀਂ ਕਿਹੜੇ ਕਿਹੜੇ ਕਲੋਜ਼ ਲਾ ਕੇ ਉਹ ਤੋਂ ਮੁੱਕਰ ਰਹੇ ਨੇ। ਸੋ ਦੂਜੇ ਪਾਸੇ BJP ਹੈ, ਉਹ ਕਹਿੰਦੇ ਸੀ 15-15 ਲੱਖ ਰੁਪਈਆ ਅਸੀਂ ਹਰੇਕ ਦੇ ਖਾਤੇ 'ਚ ਪਾਵਾਂਗੇ। 4 ਸਾਲ ਹੋਣ ਵਾਲੇ ਨੇ, 15 ਲੱਖ ਦੀ ਗੱਲ ਛੱਡੋ, ਜਿਹੜੇ ਸਾਡੇ ਘਰ ਪਏ ਸੀ 2-4 ਹਜ਼ਾਰ ਰੁਪਈਆ ਉਹ ਵੀ ਲੈ ਗਏ ਜੀ ਨੋਟਬੰਦੀ ਕਰਕੇ। ਸੋ ਇਸ ਕਰਕੇ ਇਹ ਬੁਲਟ ਟ੍ਰੇਨਾਂ ਦੀਆਂ ਗੱਲਾਂ ਕਰ ਰਹੇ ਨੇ, ਦੂਜੇ ਪਾਸੇ ਲੋਕ ਭੁੱਖੇ ਮਰ ਰਹੇ ਨੇ, ਕਿਸਾਨ ਆਤਮ ਹੱਤਿਆ ਕਰ ਰਿਹਾ ਸਾਰੇ ਮੁਲਕ 'ਚ। ਸੋ ਜੰਤਰ ਮੰਤਰ 'ਤੇ ਜਾ ਕੇ ਦੇਖੋ, ਮੇਲਾ ਲੱਗਿਆ ਪੈਰ। ਦੇਖੋ, ਅਸੀਂ ਆਪਣੇ ਵੱਲੋਂ ਬੈਸਟ ਐਫਰਟ ਕਰਨੀ ਹੈ, ਬਾਕੀ ਤਾਂ ਪਬਲਿਕ ਲੋਕਤੰਤਰ 'ਚ ਲੋਕ ਵੱਡੇ ਨੇ, ਅਸੀਂ ਆਪਣੇ ਵੱਲੋਂ ਮਿਹਨਤ 'ਚ ਕੋਈ ਕਮੀ ਨਹੀਂ ਛੱਡਾਂਗੇ। ਪਿਛਲੀ ਵਾਰ ਵੀ ਮਿਹਨਤ ਬਹੁਤ ਕੀਤੀ ਸੀ, ਇਹ ਲੋਕਾਂ ਨੇ ਦੇਖਣਾ ਕਿ ਕਿਹੜੀਆਂ ਪਾਰਟੀਆਂ ਨੇ ਉਹਨਾਂ ਨਾਲ ਵਾਅਦੇ ਵਫਾ ਕੀਤੇ। ਅਸੀਂ ਦਿੱਲੀ ਦੇ ਕੰਮ ਵੀ ਗਿਣਾਵਾਂਗੇ ਜਿਹੜੀ ਦਿੱਲੀ ਸਰਕਾਰ ਸਾਡੀ ਉੱਥੇ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਕਰ ਰਹੀ ਹੈ ਜੀ। ਗੁਰਦਾਸਪੁਰ ਦੀ ਟੀਮ ਜਿਹੜੀ ਹੈ, ਗੁਰਦਾਸਪੁਰ ਦੀ ਟੀਮ ਨਾਲ ਸਲਾਹ ਕਰਕੇ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਜਾਊਗਾ, ਉਹ ਸਾਡੇ ਰਾਸ਼ਟਰੀ ਪ੍ਰਧਾਨ ਨੇ। ਔਰ ਸਭ ਤੋਂ ਜਿਹੜੀ ਇਸ ਵਾਰ ਵਧੀਆ ਗੱਲ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਆ ਉਹ ਲੋਕਲ ਹੈ, ਬਾਕੀ ਦੋਨਾਂ ਪਾਰਟੀਆਂ ਦੇ ਇੱਕ ਅਬੋਹਰ ਤੋਂ, ਇੱਕ ਦੇ ਚਾਂਸ ਨੇ ਸ਼ਾਇਦ ਬੰਬੇ ਤੋਂ ਆਵੇ। ਸੋ ਅਸੀਂ ਲੋਕਲ, ਇੱਥੋਂ ਦਾ ਜੰਮਿਆ ਪਲਿਆ, ਇੱਥੇ ਪੜ੍ਹਿਆ ਔਰ 40 ਸਾਲ ਦੇਸ਼ ਦੀ ਸੇਵਾ ਕਰ ਚੁੱਕਿਆ ਬੇਦਾਗ ਕੈਂਡੀਡੇਟ ਹੈ। ਦੇਖੋ ਜੀ, ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈ ਕਿ ਮੈਂ ਜੋ ਕੁਛ ਵੀ ਪਿਛਲੇ 60 ਸਾਲਾਂ ਤੋਂ ਦੇਖ ਰਿਹਾ ਉਹਦੇ 'ਚ ਬਦਲੀ ਲਿਆਉਣ ਲਈ ਮਨ 'ਚ ਖਿਆਲ ਆਇਆ ਅਤੇ ਉਹੀ ਲੈ ਕੇ ਮੈਂ ਅੱਜ ਇੱਥੇ ਤੱਕ ਪਹੁੰਚਾਂ। ਮੈਂ ਇੱਥੇ ਜੰਮਿਆ, ਇੱਥੇ ਪਲਿਆ, ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਹੀ ਇੱਕ ਛੋਟੇ ਜਿਹੇ ਕਿਸਾਨ ਘਰ 'ਚ। ਹੁਣ ਮੈਂ 40 ਸਾਲ ਨੌਕਰੀ ਕਰਕੇ ਵਾਪਸ ਇੱਥੇ ਆਇਆ ਅਤੇ ਮੈਂ ਚਾਹੁੰਦਾ ਕਿ ਮੇਰੀ ਬਚੀ ਹੋਈ ਜ਼ਿੰਦਗੀ ਜਿਹੜੇ ਵੀ ਇੱਥੋਂ ਦੇ ਮੁੱਦੇ ਹੈ ਉਹਨਾਂ ਨੂੰ ਮੈਂ ਦਿੱਲੀ ਤੱਕ ਪਹੁੰਚਾਵਾਂ ਔਰ ਹਰ ਘਰ 'ਚ ਹਰ ਬੰਦੇ ਨਾਲ ਜਾ ਕੇ ਮਿਲਾਂ, ਉਹਨਾਂ ਦੁੱਖ ਸੁੱਖ ਸਾਂਝੇ ਕਰ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ, ਪੰਜਾਬ ਟੂਡੇ।